ਸਸਰੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜਵਾਬ ਦੇ ਵਿੱਚ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਅੱਜ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਇਸ ਨੋਟਿਸ ਦੇ ਵਿੱਚ ਜੋ ਬੋਰਡ ਦੀਆਂ ਕਲਾਸਾਂ ਨੇ ਉਹਨਾਂ ਦੀ ਡੇਟ ਸ਼ੀਟ ਸਾਲਾਨਾ ਪ੍ਰੀਖਿਆ ਜੋ ਫਰਵਰੀਅਰ ਤੇ ਮਾਰਚ ਮਹੀਨੇ ਦੇ ਵਿੱਚ ਕਰਵਾਈ ਜਾ ਰਹੀ ਹੈ ਉਸ ਦੇ ਬਾਰੇ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਜੋ ਵੀਡੀਓ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਜੋ ਵੈਲਥ ਕਲਾਸ ਜਾਨਕੀ 12ਵੀਂ ਕਲਾਸ ਦੇ ਜੋ ਕੈਂਡੀਡੇਟ ਨੇ ਉਹਨਾਂ ਦੀ ਜੋ ਡੇਟਸ਼ੀਟ ਹੈ ਉਹ ਕੀ ਹੋਣ ਵਾਲੀ ਹੈ ਤੇ ਉਸ ਦੇ ਲਈ ਜੋ ਪ੍ਰੀਖਿਆ ਹੈ ਕਿੰਨੇ ਵਜੇ ਸ਼ੁਰੂ ਹੋਵੇਗੀ ਕੀ ਉਸ ਦਾ ਟਾਈਮ ਹੋਵੇਗਾ ਤੇ ਉਸ ਦੇ ਨਾਲ ਨਾਲ ਤੁਸੀਂ ਇਸ ਵੀਡੀਓ ਦੇ ਰਾਹੀਂ ਆਪਣੀ ਜੋ ਡੇਟ ਸ਼ੀਟ ਹੈ ਉਸ ਨੂੰ ਬਣਾ ਸਕਦੇ ਹੋ ਜਿਹੜਾ ਵੀ ਤੁਸੀਂ ਇੱਥੇ ਸਟ੍ਰੀਮ ਰੱਖੀ ਹੋਵੇਗੀ ਜਿਵੇਂ ਕਿ ਸਾਇੰਸ ਜਾਂ ਵੋਕੇਸ਼ਨਲ ਸਟ੍ਰੀਮ ਹੋਵੇਗੀ ਜਾਂ ਫਿਰ ਤੁਹਾਡੀ ਜੋ ਕਾਮਰਸਲ ਸਟ੍ਰੀਮ ਹੋਵੇਗੀ ਤੇ ਉਸ ਦੇ ਨਾਲ ਨਾਲ ਤੁਸੀਂ ਆਪਣੀ ਜੋ ਸਟੇਮ ਦੇ ਨਾਲ ਜੋ ਆਪਣੀ ਜੋ ਡੇਟ ਸ਼ੀਟ ਨੂੰ ਬਣਾ ਸਕਦੇ ਹੋ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਚੱਲਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਇੱਥੇ 5ਵੀਂ 8ਵੀਂ 10ਵੀਂ ਅਤੇ 12ਵੀਂ ਕਲਾਸ ਦੀ ਜੋ ਡੇਟਸ਼ੀਟ ਹੈ ਉਹ ਜਾਰੀ ਹੋ ਚੁੱਕੀ ਹੈ ਜੇਕਰ ਤੁਸੀਂ ਹਾਲੇ ਤੱਕ ਵੀ ਡੇਟਸ਼ੀਟ ਨਹੀਂ ਦੇਖੀ ਤਾਂ ਤੁਸੀਂ ਇਸ ਡੇਟਸ਼ੀਟ ਨੂੰ ਦੇਖ ਸਕਦੇ ਹੋ ਤੇ ਅਸੀਂ ਸਿਰਫ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜੋ 12ਵੀਂ ਕਲਾਸ ਦੀ ਜੋ ਡੇਟਸ਼ੀਟ ਹੈ ਉਸ ਬਾਰੇ ਗੱਲ ਕਰਾਂਗੇ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ 10ਵੀਂ ਕਲਾਸ ਦੀ ਜੋ ਡੇਟਸ਼ੀਟ ਹੈ ਉਸ ਬਾਰੇ ਗੱਲ ਕਰਾਂਗੇ ਤੇ ਇੱਥੇ ਦੇਖ ਸਕਦੇ ਹੋ ਜਿਵੇਂ ਕਿ 12ਵੀਂ ਸ਼੍ਰੇਣੀ ਫਰਵਰੀ ਮਾਰਚ 2024 ਦੀ ਸਾਲਾਨਾ ਪ੍ਰੀਖਿਆ ਸਮੇਤ ਓਪਨ ਸਕੂਲ ਸਵੈਰ ਦੇ ਸੈਸ਼ਨ ਵਿੱਚ ਹੋਵੇਗੀ ਯਾਨੀ ਕਿ ਜੋ ਤੁਹਾਡਾ ਪੇਪਰ ਹੈ ਉਹ ਸਵੈਰ ਦੇ ਸੈਸ਼ਨ ਵਿੱਚ ਹੋਵੇਗਾ ਤੇ ਡੇਟ ਸ਼ੀਟ ਲਿਖਤੀ ਪੇਪਰ ਜੋ ਤੁਹਾਡਾ ਹੈ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਜੋ ਤੁਹਾਡੇ ਪੇਪਰ ਹਨ ਜੋ 13 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਹਨ ਯਾਨੀ ਕਿ 12ਵੀਂ ਦੇ ਜੋ ਪੇਪਰ ਹਨ ਜੋ ਫਰਵਰੀ ਮਹੀਨੇ ਯਾਨੀ ਕਿ ਅਗਲੇ ਮਹੀਨੇ ਸ਼ੁਰੂ ਤੋਂ ਹੀ ਤੁਸੀਂ ਲਗਾ ਲਓ ਕਿ ਤੁਹਾਡੇ ਜੋ ਪੇਪਰ ਹੈ ਸ਼ੁਰੂ ਹੋਣ ਵਾਲੇ ਨੇ ਤੇ ਸਭ ਤੋਂ ਪਹਿਲਾਂ ਤੁਹਾਡਾ ਪੇਪਰ ਹੈ ਜੋ ਗਰੁੱਪ ਦੇਖ ਸਕਦੇ ਹੋ ਹੋਮ ਸਾਇੰਸ ਜੋ ਗਰੁੱਪ ਜਿੰਨਾ ਦਾ ਹੈ ਤੇ ਉਹਨਾਂ ਦਾ ਜੋ ਪੇਪਰ ਹੈ ਨਹੀਂ 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 ਪੇਪਰ ਹੈ ਨਹੀਂ ਤੇ ਸਭ ਤੋਂ ਪਹਿਲਾਂ ਜੋ ਤੁਹਾਡਾ ਪੇਪਰ ਹੈ 13 ਫਰਵਰੀ ਨੂੰ ਹੋਣ ਵਾਲਾ ਹੈ ਦਿਨ ਮੰਗਲਵਾਰ ਹੋਵੇਗਾ ਪੇਪਰ ਦੀ ਟਾਈਮਿੰਗ ਹੈ 11 ਤੋਂ 2 ਵਜੇ ਤੱਕ ਦੀ ਤੇ ਇਹ ਪੇਪਰ ਹੈ ਹੋਮ ਸਾਇੰਸ ਦਾ ਤੇ ਵਿਸ਼ਾ ਕੋਡ ਵੀ ਤੁਸੀਂ ਨਾਲ ਨਾਲ ਦੇਖ ਸਕਦੇ ਹੋ ਉਸ ਤੋਂ ਬਾਅਦ 14 ਤਰੀਕ ਨੂੰ ਜੋ ਪੇਪਰ ਹੈ ਸ਼ਿਸ਼ੋਲਜੀ ਦਾ ਤੇ ਇਸ ਦੀ ਟਾਈਮਿੰਗ ਵੀ ਦੇਖ ਸਕਦੇ ਹੋ ਵਿਸ਼ਾ ਕੋਡ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਜੋ 15 ਤਰੀਕ ਨੂੰ ਪੇਪਰ ਹੈ ਜਰਨਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ ਦਾ ਜੋ ਪੇਪਰ ਹੋਵੇਗਾ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਇਹ ਤੇ ਸਾਰੇ ਸਬਜੈਕਟ ਦੇ ਕੈਂਡੀਡੇਟ ਵਾਸਤੇ ਸੇਮ ਹੀ ਹੋਵੇਗਾ ਉਸ ਤੋਂ ਬਾਅਦ ਜੋ 16 ਤਰੀਕ ਨੂੰ ਪੇਪਰ ਹੈ ਰਿਲੀਜੀਅਨ ਜੋ ਕੋਈ ਸਬਜੈਕਟ ਹੈ ਇਨਸ ਦਾ ਪੇਪਰ ਹੈ ਉਸ ਤੋਂ ਬਾਅਦ 17 ਤਰੀਕ ਨੂੰ ਪਬਲਿਕ ਐਡਮਿਨਿਸਟ੍ਰੇਟਿਡ ਦਾ ਜੋ ਪੇਪਰ ਹੈ ਤੇ ਉਸ ਤੋਂ ਬਾਅਦ 19 ਤਰੀਕ ਨੂੰ ਪੇਪਰ ਹੈ ਹਿਸਟਰੀ ਐਂਡ ਅਪੀਅਰੈਂਸ ਆਫ ਆਰਟਸ ਦਾ ਤੇ 22 20 ਤਰੀਕ ਨੂੰ ਪੇਪਰ ਹੈ ਗੁਰਮਤ ਸੰਗੀਤ ਦਾ ਤੇ ਉਸ ਤੋਂ ਬਾਅਦ ਐਗਰੀਕਲਚਰ ਦਾ ਪੇਪਰ ਹੈ ਜਾਂ ਫਿਰ ਤੁਹਾਡਾ ਜੋ ਸਾਇੰਸ ਵਾਲੇ ਕੈਂਡੀਡੇਟ ਨੇ ਫਿਜ਼ਿਕਸ ਦਾ ਪੇਪਰ ਹੈ ਇਹਨਾਂ ਦਾ ਜੋ 22 ਤਰੀਕ ਨੂੰ ਤੇ ਉਸ ਤੋਂ ਬਾਅਦ ਜੀਓਗ੍ਰਾਫੀ ਦਾ ਪੇਪਰ ਹੈ 23 ਤਰੀਕ ਨੂੰ ਕੰਪਿਊਟਰ ਐਪਲੀਕੇਸ਼ਨ ਦਾ ਪੇਪਰ 26 ਤਰੀਕ ਨੂੰ ਜਨਰਲ ਅੰਗਰੇਜ਼ੀ ਜੋ ਕਿ ਸਾਰਿਆਂ ਦਾ ਹੋਵੇਗਾ ਪੇਪਰ 27 ਫਰਵਰੀ ਨੂੰ ਇਸ ਦਾ ਪੇਪਰ ਹੋਣ ਵਾਲਾ ਹੈ ਉਸ ਤੋਂ ਬਾਅਦ ਜੋ ਕਾਮਰਸ ਵਾਲੇ ਕੈਂਡੀਡੇਟ ਨੇ ਅਕਾਊਂਟੈਂਸੀ ਕੰਪਿਊਟਰ ਸਾਇੰਸ ਫਿਜ਼ੀਕਲ ਐਜੂਕੇਸ਼ਨ ਬਾਇਓਲੋਜੀ ਹਿਸਟਰੀ ਜੋ ਦੇਖ ਸਕਦੇ ਹੋ ਕਿ ਆਰਟਸ ਵਾਲੇ ਜੋ ਕੈਂਡੀਡੇਟ ਨੇ ਉਹਨਾਂ ਦਾ ਜੋ ਹਿਸਟਰੀ ਦਾ ਐਗਜ਼ਾਮ ਹੈ 6 ਮਾਰਚ ਨੂੰ ਹੋਣ ਵਾਲਾ ਹੈ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਜੋ ਜਿੰਨੇ ਵੀ ਸਬਜੈਕਟ ਤੁਹਾਡੇ ਹਨ ਜੋ ਵੀ ਤੁਹਾਡੀ ਸਟਰੀਮ ਹੋਵੇਗੀ ਉਸ ਦੇ ਹਿਸਾਬ ਨਾਲ ਤੁਸੀਂ ਆਪਣੀ ਡੇਟ ਸ਼ੀਟ ਨੂੰ ਇੱਥੇ ਬਣਾ ਸਕਦੇ ਹੋ ਤੇ ਇਸ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਵੇਗਾ ਉਥੋਂ ਤੁਸੀਂ ਡਾਊਨਲੋਡ ਕਰਕੇ ਇਸ ਨੂੰ ਜੋ ਦੇਖ ਸਕਦੇ ਹੋ ਤੇ ਆਪਣੀ ਡੇਟ ਸ਼ੀਟ ਨੂੰ ਬਣਾ ਸਕਦੇ ਹੋ ਤੇ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਸੀਂ ਇਸ ਨਾਲ ਤੋਂ ਕੋਈ ਪੁੱਛਗਿੱਛ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟਰੋਲ ਰੂਮ ਬਣਾਇਆ ਗਿਆ ਹੈ ਨਾ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਈਮੇਲ ਆਈਡੀ ਤੇ ਵੀ ਤੁਸੀਂ ਇੱਥੇ ਜੋ ਲੌਗਇਨ ਕਰਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਤੁਸੀਂ ਇੱਥੇ ਜੋ ਕੰਟੈਕਟ ਨੰਬਰ ਹੈ ਤੁਹਾਡੇ ਜ਼ਿਲ੍ਹੇਵਾਜ਼ ਉਹ ਵੀ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤੇ ਦੋਸਤੋ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਨ ਜਵਾੜ